ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੁਝ ਕੁ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਇੱਕ ਪੁਲਿਸ ਮੁਲਾਜ਼ਮ ਜ਼ਮੀਨ ਦੇ ਉੱਤੇ ਡਿੱਗਿਆ ਪਿਆ ਸੀਗਾ ਅਤੇ ਕੁਛ ਲੋਕ ਉਹਦੀ ਵੀਡੀਓ ਬਣਾ ਰਹੇ ਸੀਗੇ। ਮੈਂ ਉਹ ਵੀਰੇ ਨੂੰ ਕਹਿਣਾ ਚਾਹੁੰਦਾ ਜਿਹਨੇ ਵੀਡੀਓ ਕਲਿੱਪ ਬਣਾਈਆਂ ਕਿ ਵੀਰੇ ਜਿੰਨਾ ਟਾਈਮ ਤੂੰ ਵੀਡੀਓ ਬਣਾਉਣ 'ਤੇ ਲਾਇਆ ਉਨੇ ਟਾਈਮ 'ਚ ਤੂੰ ਉਹਨੂੰ ਚੱਕ ਕੇ ਹੋਸਪਿਟਲ ਵੀ ਲਿਜਾ ਸਕਦਾ ਸੀਗਾ। ਤੁਸੀਂ ਸਾਰੇ ਜਾਣੇ ਮਿਲ ਕੇ ਵੀਡੀਓ ਤਾਂ ਬਣਾਈ ਜਾਂਦੇ ਹੋ ਪਰ ਕਿਸੇ ਨੇ ਵੀ ਉਹਨੂੰ ਪਾਣੀ ਦਾ ਘੁੱਟ ਨਹੀਂ ਪਿਆਇਆ ਹੈਗਾ। ਕਿਉਂ ਵੀਰੇ, ਤੁਹਾਡੀ ਇਨਸਾਨੀਅਤ ਮਰ ਗਈ ਯਾਰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨਸਾਨੀਅਤ ਕਰਕੇ ਆਪਣਾ ਸਾਰਾ ਪਰਿਵਾਰ ਵਾਰਿਆ ਸੀਗਾ। ਭਾਈ ਘਨੱਈਆ ਜੀ ਨੇ ਚੱਲਦੀਆਂ ਗੋਲੀਆਂ 'ਚ ਵੱਧਦੇ ਤੀਰਾਂ ਵਿੱਚ ਮੋਢੇ 'ਤੇ ਮਜ਼ੇ ਚੱਕੀ ਬਿਨਾਂ ਵਿਦਕਲੇ ਤੋਂ ਸਾਰਿਆਂ ਨੂੰ ਪਾਣੀ ਪਿਆਇਆ ਸੀਗਾ ਅਤੇ ਤੁਸੀਂ ਲੋਕ ਉਹਨੂੰ ਪਾਣੀ ਪਿਆਉਣ ਦੀ ਬਜਾਏ ਉਹਦੀ ਵੀਡੀਓ ਬਣਾ ਰਹੇ ਹੋ। ਵੀਰੇ, ਮੈਂ ਤੈਨੂੰ ਗਲਤ ਨਹੀਂ ਕਹਿੰਦਾ ਕਿ ਤੂੰ ਵੀਡੀਓ ਬਣਾਈਆਂ, ਠੀਕ ਆ। ਜੇ ਤੂੰ ਵੀਡੀਓ ਬਣਾਈ ਸੀ ਤਾਂ ਉਹਨੂੰ ਵਾਇਰਲ ਨਾ ਕਰਦਾ। ਉਹ ਵੀਡੀਓ ਨੂੰ ਤੂੰ ਆਪਣੇ ਕੋਲ ਰੱਖ ਲੈਂਦਾ, ਉਹਨੂੰ ਮੁਲਾਜ਼ਮ ਨੂੰ ਹੋਸਪਿਟਲ ਲੈ ਕੇ ਜਾਂਦਾ, ਉਸ ਤੋਂ ਬਾਅਦ ਉਹਦਾ ਡਾਕਟਰੀ ਮੁਲਾਜ਼ਾ ਕਰਾ ਕੇ ਜਦੋਂ ਉਹਨੂੰ ਹੋਸ਼ ਹੁੰਦੀ ਜਾਂ ਉਹਦੇ ਘਰਦਿਆਂ ਨੂੰ ਬੁਲਾ ਕੇ ਉਹਨਾਂ ਨੂੰ ਵੀਡੀਓ ਦਿਖਾਉਂਦਾ ਕਿ ਦੇਖ ਲਓ ਜੀ ਤੁਹਾਡੇ ਬੇਟੇ ਨੂੰ, ਕਹਿੰਦਾ ਕਿ ਦੇਖੋ ਤੁਸੀਂ ਆਹ ਕੰਮ ਕੀਤਾ ਵਾ, ਜੇਕਰ ਮੈਂ ਤੁਹਾਡੀ ਵੀਡੀਓ ਵਾਇਰਲ ਕਰ ਦੇਵਾਂ ਤਾਂ ਤੁਹਾਡਾ ਕਿੰਨਾ ਨੁਕਸਾਨ ਹੋ ਸਕਦਾ, ਠੀਕ ਆ। ਸ਼ਾਇਦ ਉਹਦੇ ਘਰਦੇ ਤੈਨੂੰ ਬਹੁਤ ਜ਼ਿਆਦਾ ਵਧੀਆ ਸੀਸਾ ਦਿੰਦੇ ਅਤੇ ਤੁਹਾਡੀ ਇੱਕ ਛੋਟੀ ਜਿਹੀ ਕਲਿੱਪ ਨੇ ਉਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਵਾ ਮਹਿਕਮੇ ਦੇ ਵਿੱਚੋਂ। ਅਤੇ ਦੇਖੋ ਉਹਦੀ ਪੇ ਨਾਲ, ਉਹਦੀ ਤਨਖਾਹ ਨਾਲ ਉਹਦੇ ਮਾਂ ਪਿਓ, ਉਹਦੇ ਬੱਚਿਆਂ ਦੀ ਪੜ੍ਹਾਈ, ਉਹਦਾ ਘਰ ਦਾ ਗੁਜ਼ਾਰਾ ਚੱਲਦਾ ਸੀਗਾ। ਮੈਨੂੰ ਨਹੀਂ ਲੱਗਦਾ ਕਿ ਤੇਰੀ ਵੀਡੀਓ ਕਲਿੱਪ ਨਾਲ ਤੈਨੂੰ ਕੋਈ ਟਰੋਫੀ ਮਿਲ ਗਈ ਹੋਊਗੀ ਜਾਂ ਤੈਨੂੰ ਕੋਈ ਇਨਾਮ ਮਿਲ ਗਿਆ ਹੋਊਗਾ।